ਬਜ਼ੁਰਗਾਂ ਅਤੇ ਬੱਚਿਆਂ ਨੂੰ, ਮਨਾਂ ਦੀਆਂ ਸੱਚਿਆਂ ਨੂੰ, ਬੰਟੀਆਂ ਅਤੇ ਸ਼ੰਟੀਆਂ ਨੂੰ, ਅੰਕਲਾਂ ਅਤੇ ਆਂਟੀਆਂ ਨੂੰ, ਚੰਨ ਅਤੇ ਸਿਤਾਰਿਆਂ ਨੂੰ, ਮਿੱਤਰਾਂ ਪਿਆਰਿਆਂ ਨੂੰ ਅਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਜ਼ੈਨੂ ਜਲਵੇ ਜੱਗੀ ਦੇ ਵਿੱਚ। ਜੀ ਹਾਂ, ਅੱਜ ਆਪਾਂ ਗੱਲਾਂ ਪਤਾ ਜਿਹੜੀਆਂ ਕਰਦੀਆਂ ਉੜਦੀਆਂ ਖਬਰਾਂ ਤੁਹਾਡੇ ਰੂਬਰੂ ਕਰੀਦੀਆਂ। ਵੈਸੇ ਜੇ ਅਸਲੀ ਖਬਰਾਂ ਵਾਲੇ ਪਾਸੇ ਚੱਲ ਜਾਈਏ ਤਾਂ ਬੰਦੇ ਨੂੰ ਸਾਰੀਆਂ ਖਬਰਾਂ ਜੇ ਅੱਧੇ ਘੰਟੇ ਦੀਆਂ ਆਉਂਦੀਆਂ ਕਿਸੇ ਵੀ ਚੈਨਲ 'ਤੇ, ਸਾਰੀਆਂ ਚੰਗੀ ਤਰ੍ਹਾਂ ਦੇਖ ਲਓ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਅਤੇ ਨਾ ਰੋਟੀ ਖਾਣ ਨੂੰ ਦਿਲ ਕਰਨਾ। ਇਹੋ ਜਿਹੀਆਂ ਖਬਰਾਂ ਅਗਰ ਆਪਾਂ ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ ਤਾਂ ਖਬਰ ਕੁਛ ਅੱਜ ਦੀ ਆਉਂਦੀ ਨਹੀਂ। ਪਰ ਮੇਰੀ ਅੱਜ ਕੋਸ਼ਿਸ਼ ਇਹ ਹੁੰਦੀ ਹੈ ਕਿ ਅੱਜ ਦੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਚਲੋ ਚੰਗੀ ਜਾਂ ਮਾੜੀ ਬਾਅਦ ਦੀ ਗੱਲ, ਪਰ ਉਹਦੇ ਵਿੱਚ ਕੁਛ ਨਾ ਕੁਛ ਚਲੋ ਥੋੜ੍ਹਾ ਬਹੁਤ ਹੈਰਾਨੀਜਨਕ ਗੱਲਾਂ ਹੁੰਦੀਆਂ, ਅਜਬ ਗਜਬ ਹੁੰਦਾ ਇਹ, ਦੁਨੀਆ ਰੰਗ ਬਿਰੰਗੀ ਦੀ ਅੱਜ ਆਪਾਂ ਗੱਲ ਕਰੀ ਦੀ ਹੈ ਅਤੇ ਨਾਲ ਦੀ ਨਾਲ ਉਹ ਖਬਰਾਂ ਹੁੰਦੀਆਂ ਜਿਹੜੀਆਂ ਸੱਚੀਆਂ ਹੁੰਦੀਆਂ ਪਰ ਉਹਨਾਂ 'ਤੇ ਵਿਸ਼ਵਾਸ ਨਹੀਂ ਹੁੰਦਾ। ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਹਿਲਾਂ ਤਾਂ ਇਹ ਹੈ ਜੀ, ਦੇਖੋ ਅੱਜ ਕੱਲ੍ਹ ਮੀਡੀਆ, ਸੋਸ਼ਲ ਮੀਡੀਆ ਆ ਗਿਆ ਅਤੇ ਵਿਆਹਾਂ ਦੇ ਵਿੱਚ ਬੜਾ ਕੁਛ ਹੁੰਦਾ, ਵਿਆਹਾਂ ਦੇ ਵਿੱਚ ਅੱਜ ਕੱਲ੍ਹ ਡਰੈਸ ਕੋਡ ਹੁੰਦਾ, ਸਾਰਾ ਕੁਛ ਹੁੰਦਾ। ਅਤੇ ਇੱਕ ਕੁੜੀ ਦਾ ਵਿਆਹ ਹੋ ਰਿਹਾ ਸੀ ਕੋਈ ਹਵਾਈ ਦੇ ਵਿੱਚ, ਹਵਾਈ ਸ਼ਹਿਰ ਪੈਂਦਾ ਇੱਥੇ ਅਮੈਰੀਕਾ ਦੇ ਵਿੱਚ ਹੀ। ਵੈਸੇ ਮੈਂ ਪਹਿਲਾਂ ਵੀ ਇਹੀ ਸਮਝਦਾ ਸੀ ਵੀ ਜਿਹੜੀ ਦਿਵਾਲੀ ਵਾਲੇ ਦਿਨ ਚਲਾਈ ਦੀ ਹਵਾਈ ਕਿਤੇ ਉਹ ਹੈ, ਇਹ ਹਵਾਈ ਸ਼ਹਿਰ ਦੀ ਗੱਲ ਹੈ। ਕੁੜੀ ਦਾ ਵਿਆਹ ਸੀਗਾ ਜੀ, ਉਹਨੇ ਜਾਣਕਾਰੀ ਲੀਕ ਹੋ ਗਈ ਉਹਦੀ ਵੀ ਉਹਨੇ ਕਿਹੜਾ ਲਹਿੰਗਾ ਪਾਉਣਾ, ਕਿਹਨੇ ਕੀ ਕਰਨਾ, ਉਹ ਕਿਤੇ ਪਾਤੀ ਕਿਸੇ ਨੇ ਸੋਸ਼ਲ ਮੀਡੀਆ 'ਤੇ। ਕੁੜੀ ਨੂੰ ਟੈਨਸ਼ਨ ਹੋ ਗਈ, ਉਹਨੇ ਪਹਿਲਾਂ ਤਾਂ ਪੁੱਛਿਆ ਸਾਰਿਆਂ ਨੂੰ, ਘਰਦਿਆਂ ਨੂੰ ਪੁੱਛਿਆ, ਆਪਣੀਆਂ ਸਹੇਲੀਆਂ ਸਹੂਲੀਆਂ ਨੂੰ ਪੁੱਛਿਆ ਵੀ ਤੁਸੀਂ ਕਿਸੇ ਨੇ ਪਾਈ ਹੈ, ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਪਾਈ, ਸਾਰੇ ਮੁੱਕਰ ਗਏ। ਫਿਰ ਕੁੜੀ ਨੇ ਡਿਸੀਜਨ ਲਿਆ ਵੀ ਮੈਂ ਤਾਂ ਵਿਆਹ ਤਾਂ ਕਰਾਊਂਗੀ, ਪਹਿਲਾਂ ਲਾਈ ਡਿਟੈਕਟਰ ਵਾਲੇ ਬੁਲਾਓ। ਲਾਈ ਡਿਟੈਕਟਰ ਵਿੱਚ ਝੂਠ ਬੋਲਣ ਵਾਲੀ ਜਿਹੜੀ ਮਸ਼ੀਨ ਫੜਦੀ ਹੈ ਝੂਠ ਬੋਲਿਆ ਹੋਇਆ, ਉਹ ਮਸ਼ੀਨ ਲਿਆਓ ਤਾਂ ਮੈਂ ਫਿਰ ਵਿਆਹ ਕਰਾਉਣਾ। ਪਹਿਲਾਂ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਪੰਗਾ ਲਿਆ ਕਿਹਨੇ ਮੇਰੇ ਨਾਲ, ਹਮਾਰੇ ਸਾਥ ਕਿਸ ਨੇ ਪੰਗਾ ਲਿਆ ਹੈ। ਸੋ ਜੀ ਉਹ ਮਸ਼ੀਨ ਆ ਗਈ, ਸਾਰਿਆਂ ਨੂੰ ਜਦੋਂ ਚੈੱਕ ਕੀਤਾ ਤਾਂ ਇੱਕ ਸਹੇਲੀ ਜਿਹੜੀ ਉਹਦੀ ਖਾਸ ਸੀ ਸਭ ਤੋਂ, ਉਹ ਫਿਰ ਉਹਦੇ 'ਚ ਬੋਲੀ, ਉਹ ਜਦੋਂ ਅੱਧ ਸੁੱਤੇ ਜੇ ਬੋਲਦੇ ਨਹੀਂ ਹੁੰਦੇ, ਤੂੰ ਲੀਕ ਕੀਤੀ ਹੈ ਇਹ ਆਪਣੀ ਜਿਹੜੀ ਜਾਣਕਾਰੀ ਮੇਰੀ ਵੀ ਕਿਹਨੇ ਕੀ ਕਰਨਾ, ਕਿਹਨੇ ਕੀ ਕਰਨਾ, ਉਹ ਉਹਦੇ 'ਚ ਮੰਨ ਗਈ ਵੀ ਮੈਂ ਕੀਤੀ ਆ। ਅਤੇ ਉਹ ਮਸ਼ੀਨ ਜੀ ਤੋਂ ਚੱਕ ਕੇ ਅਤੇ ਉਹਨੂੰ ਸਭ ਤੋਂ ਪਹਿਲਾਂ ਕੰਮ ਉਹਨੇ ਇਹ ਕੀਤਾ, ਘਰੋਂ ਬਾਹਰ ਕੱਢਿਆ, ਤੂੰ ਮੇਰੇ ਵਿਆਹ 'ਚ ਦਾਖਲ ਨਹੀਂ ਹੋਣਾ, ਭੱਜ ਜਾ ਇੱਥੋਂ, ਇਹ ਕੰਮ ਕੀਤਾ। ਇਹ ਅੱਜ ਕੱਲ੍ਹ ਬੜਾ ਟ੍ਰੈਂਡ ਚੱਲ ਪਿਆ ਜੀ ਕਿ ਵਿਆਹ ਦੇ ਵਿੱਚ ਕੀ ਕਰਨਾ। ਉਹਨੇ ਕੀ ਕੀਤਾ ਸੀ, ਇੱਕ ਵੱਖਰੀ ਚੀਜ਼ ਕੀਤੀ ਸੀ, ਵਾਕਿਆ ਹੀ ਵੱਖਰੀ ਚੀਜ਼ ਸੀ ਜਿਹੜੀ ਕਿ ਸੀਕਰਟ ਚਾਹੀਦੀ ਸੀ। ਵੱਖਰਾ ਕੀ ਸੀ, ਆਪਾਂ ਆਮ ਤੌਰ 'ਤੇ ਵਿਆਹ ਦੇ ਵਿੱਚ ਦੇਖਦੇ ਡਰੈਸ ਕੋਡ ਕਾਰਡ 'ਤੇ ਲਿਖਿਆ ਹੁੰਦਾ ਜੀ, ਤੁਸੀਂ ਕਾਲਾ ਕੋਟ ਪਾ ਕੇ ਆਉਣਾ, ਫਲਾਨਾ ਆਹ ਕਰਨਾ, ਇਸ ਰੰਗ ਦੀ ਕਮੀਜ਼ ਚਾਹੀਦੀ, ਇਸ ਰੰਗ ਦੀ ਟਾਈ ਚਾਹੀਦੀ ਆ। ਇਹ ਅਕਸਰ ਇਹ ਅੱਜ ਕੱਲ੍ਹ ਰੁਝਾਨ ਚੱਲ ਪਿਆ ਅਤੇ ਜਿਹਨੂੰ ਕਿ ਘਰਦਿਆਂ ਨੂੰ ਸਵਾਉਣੇ ਪੈਂਦੇ ਕੱਪੜੇ। ਉਹ ਇਸ ਕੁੜੀ ਨੇ ਵੱਖਰੀ ਤਰ੍ਹਾਂ ਦਾ ਇਹ ਕੀਤਾ ਸੀਗਾ, ਇਹਨੇ ਰੱਖਿਆ ਸੀਗਾ ਵੀ ਜਿਹੜੀਆਂ ਜਨਾਨੀਆਂ 42 ਕਿਲੋ ਭਾਰ ਆ, 42 ਕਿਲੋ ਤੋਂ ਲੈ ਕੇ 75 ਕਿਲੋ ਤੱਕ ਜਿਹੜਾ ਦਾ ਭਾਰ ਹੈ, ਉਹਨਾਂ ਨੂੰ ਡਰੈਸ ਲੈ ਦੱਸੀ ਸੀ ਵੀ ਹਰੇ ਰੰਗ ਦੇ ਵੈਲਵਟ ਦੇ ਜਿਹੜੇ ਕੱਪੜੇ ਪਾ ਕੇ ਆਉਣੇ ਤੁਸੀਂ, ਹਰੇ ਰੰਗ ਦੇ ਵੈਲਵਟ ਦੇ, ਤਾਂ ਕਿ ਪਤਾ ਲੱਗ ਜਾਵੇ ਵੀ ਇਹ 42 ਕਿਲੋ ਤੋਂ 75 ਕਿਲੋ ਭਾਰ ਰਹਿੰਦਾ ਹੈਗਾ। ਅਤੇ ਜਿਹੜੀਆਂ 75 ਕਿਲੋ ਤੋਂ ਉੱਤੇ ਆ ਉਹਨਾਂ ਨੂੰ ਕਾਲੇ ਰੰਗ ਦੇ ਕੱਪੜੇ ਪਾ ਕੇ ਆਉਣ ਨੂੰ ਕਿਹਾ ਸੀ ਉਹਨਾਂ ਨੇ ਇੱਕ ਮਹੀਨਾ ਪਹਿਲਾਂ। ਇੱਕ ਮਹੀਨਾ ਪਹਿਲਾਂ ਸਭ ਨੂੰ ਕਹਿਤਾ ਸੀ ਵੀ ਸੋਨੇ ਸਵਾ ਲਓ, 50,000 ਰੁਪਈਆ, 50,000 ਇੰਡੀਆ ਦਾ ਜਿਹੜਾ ਉੱਤੇ ਖਰਚ ਉੱਥੇ ਆਉਂਦਾ ਸੀ ਬਣਾਉਣ 'ਤੇ, ਉਹਨਾਂ ਨੇ ਬਣਾਏ ਨੇ ਅਤੇ ਬੰਦਿਆਂ ਵਾਸਤੇ ਵੀ ਉਹਨੇ ਸਪੈਸ਼ਲ ਡਰੈਸ ਬਣਵਾਈ ਸੀਗੀ, ਪਰ ਉਹ ਲੀਕ ਹੋ ਗਈ, ਉਦੋਂ ਬਾਅਦ ਪੰਗਾ ਇਹ ਪੈ ਗਿਆ ਅਤੇ ਉਹਨੇ ਇੱਥੋਂ ਤੱਕ ਗੱਲ ਜਿਹੜੀ ਵੱਧ ਗਈ ਹੈ। ਸੋ ਧਿਆਨ ਰੱਖੋ ਜੀ, ਕਿਸੇ ਸੀਕਰੇਸੀ ਜਿਹੜੀ ਲੀਕ ਨਹੀਂ ਕਰਨੀ ਚਾਹੀਦੀ। ਉਹ ਕਹਿੰਦੇ ਵੀ ਉਹ ਕੋਈ ਪੁੱਛਦਾ ਸੀ ਕੁੜੀ ਨੂੰ ਫਿਰ ਵੀ ਤੁਹਾਡੀ ਪੋਲੀਗ੍ਰਾਫੀ ਪਾਰਟੀ ਕਿਵੇਂ ਰਹੀ, ਪੋਲੀਗ੍ਰਾਫੀ ਪਾਰਟੀ, ਤਾਂ ਉਹ ਕਹਿੰਦੇ ਵੀ ਐਕਸੀਲੈਂਟ, ਸਾਰੀ ਅਟੈਂਡੈਂਸ ਪੂਰੀ ਸੀ, ਪੂਰੀ ਦੀ ਪੂਰੀ। ਚਲੋ ਖੈਰ, ਅਗਲੀ ਖਬਰ ਵੱਲ ਚੱਲਦੇ ਹਾਂ। ਆਪਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਤੁਹਾਡੇ ਨਾਲ ਜ਼ਿਕਰ ਕਰੀਦਾ ਕਦੇ ਕਦੇ, ਅੱਜ ਵੀ ਕਰਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਈਆਂ ਨੇ, ਔਰ ਉਹਨਾਂ ਦੇ ਵਿੱਚੋਂ ਕਈ ਸਾਰੀਆਂ ਹੀ ਤਕਰੀਬਨ ਹੈਰਾਨੀ ਕਰਨ ਵਾਲੀਆਂ ਹੁੰਦੀਆਂ ਨੇ, ਆਮ ਚੀਜ਼ ਤਾਂ ਉੱਥੇ ਦਰਜ ਹੋ ਨਹੀਂ ਸਕਦੀ। ਅਤੇ ਇੱਕ ਜਿਹੜੀ ਚੀਜ਼ ਹੁਣ ਤੁਹਾਨੂੰ ਫੋਟੋ ਦਿਖਾਉਂਦੇ, ਇੱਕ ਦੇਖੋ ਜੀ, ਇਹ ਕੁੜੀ ਨੇ ਸਭ ਤੋਂ ਲੰਬੇ ਅੱਖਾਂ ਦੇ ਭਰਵੱਟੇ ਜਿਹੜੇ ਉਹ ਰੱਖਣ ਦਾ ਰਿਕਾਰਡ ਇਹਨੇ ਕਾਇਮ ਕੀਤਾ। 12.40 ਸੈਂਟੀਮੀਟਰ ਇਹਦੇ ਭਰਵੱਟੇ ਨੇ ਅੱਖਾਂ ਦੇ, ਆਈਲੈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਆਨ ਜੀ ਆ ਇਹਦਾ ਨਾਂ ਆ। ਇਹਨੇ ਇਹ ਵਧਾ ਕੇ ਅਤੇ ਗਿਨੀਜ਼ ਬੁੱਕ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਇਆ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਹੁਣ ਜਾਂ ਤਾਂ ਭਰਵੱਟਿਆਂ ਦੀ ਵੀ ਗੁੱਤ ਕਰ ਲਿਆ ਕਰੇ, ਭਰਵੱਟਿਆਂ ਦਾ ਵੀ ਇੱਥੇ ਜੂੜਾ ਕਰਕੇ ਬੰਨ੍ਹ ਦਿਆ ਕਰੇ,
ਇਹਦੇ ਤਾਂ ਪਰਵੱਟੇ ਰੋਟੀ ਖਾਂਦੇ ਮੂੰਹ 'ਚ ਵੀ ਪੈ ਜਾਂਦੇ ਹੁਣ ਇਹਦੇ। ਚਲੋ ਖੈਰ ਜੀ, ਸ਼ੌਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ, ਇਹਨੇ ਆਪਣੇ ਆਪ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਾਇਆ। ਅਗਲੇ ਸਭ ਤੋਂ ਲੰਬੇ ਨੌਂ ਜਿਹੜੇ ਸਭ ਤੋਂ ਲੰਬੇ ਆ, ਇਹ ਵੀ ਅਯਾਤਰਿਆ ਵਿਲੀਅਮ ਕੁੜੀ ਹੈ, ਜਨਾਨੀ ਹੈ ਅਯਾਤਰਿਆ ਵਿਲੀਅਮ। ਇਹਦੇ ਨੌਂ ਤੁਸੀਂ ਦੇਖੋ ਧਿਆਨ ਦੇ ਨਾਲ, 576 ਸੈਂਟੀਮੀਟਰ ਲੰਬੇ ਇਹਦੇ ਨੌਂ ਨੇ ਔਰ 2017 ਦੇ ਵਿੱਚ ਦਰਜ ਹੋਏ ਸੀਗੇ। ਅਤੇ ਨੌਂ ਦੇਖੋ ਜੀ, ਐਂ ਲੱਗਦਾ ਵੀ ਜੇ ਇਹਦੇ ਹੁਣ ਪਿੰਡੇ 'ਤੇ ਖੁਰਖੁਰ ਕਿਤੇ ਹੋਵੇ ਤਾਂ ਕਿਵੇਂ ਖੁਰਕ ਕਰੂਗੀ। ਵੈਸੇ ਐਡੇ ਐਡੇ ਨੌਂ ਇਹਨੇ ਬਣਾ ਕੇ ਰੱਖੇ ਨੇ, ਅਜੀਬ ਜਿਹੇ ਵੀ ਜੇ ਲੱਤ 'ਤੇ ਖੁਰਕ ਹੁੰਦੀ, ਇੱਕ ਨੌਂ ਲੱਤ 'ਤੇ ਕਰ ਸਕਦਾ, ਦੂਜਾ ਜਿਹੜਾ ਹੱਥ ਦਾ ਨੌਂ ਉਹ ਮੂੰਹ 'ਤੇ ਵੀ ਖੁਰਕ ਕਰ ਸਕਦਾ। ਪਰ ਇਹ ਨੌਂ ਨਾਲ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਰੋਟੀ ਬਣਾਉਣੀ ਬਣਾਉਣੀ ਤਾਂ ਦੂਰ ਦੀ ਗੱਲ ਹੈ, ਖਾਂਦੀ ਵੀ ਕਿਵੇਂ ਹੋਊਗੀ ਇਹ, ਜਦੋਂ ਬੁਰਕੀ ਤੋੜਦੀ ਹੋਣੀ ਨੂੰਹ ਮੂਹਰੇ ਆ ਜਾਂਦੇ ਹੋਣੇ ਨੌਂ ਇਹਦੇ। ਸੋ ਇਹ ਸ਼ੌਕ ਹੁੰਦਾ ਜੀ ਆਪੋ ਆਪਣਾ, ਔਰ ਜੇ ਇਹਦੇ ਨੇੜੇ ਕੋਈ ਪੰਗਾ ਪੁੰਗਾ ਇਸ ਜਨਾਨੀ ਦਾ ਕੋਈ ਲੈਂਦਾ ਨਹੀਂ ਹੋਣਾ, ਕੋਈ ਛੇੜੇ ਛੂਟ ਦੀ ਕੋਈ ਜ਼ਰੂਰਤ ਨਹੀਂ ਕਰਦਾ ਹੋਣਾ, ਉਹਨੂੰ ਪਤਾ ਵੀ ਜਿਹੜੇ ਐਂ ਨੌਂ ਇੱਕੋ ਹੀ ਕੀਤਾ, ਇੱਕੋ ਹੱਥ ਦਾ ਹੀ ਐਂ ਕੀਤਾ ਅਤੇ ਨਾਲ ਦੀ ਨਾਲ ਹੀ ਆਂਦਰਾਂ ਬਾਹਰ ਖਿੱਚ ਲੈਣੀਆਂ ਨੇ। ਖੈਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਗੱਲ ਆਪਾਂ ਕੀਤੀ ਹੈ। ਇੱਕ ਖਬਰ ਹੋਰ ਤੁਹਾਡਾ ਸਾਂਝੀ ਕਰਦੇ ਹਾਂ, ਵਿਆਹਾਂ ਦੇ ਵਿੱਚ ਅਕਸਰ ਲੱਡੂ ਵਰਤੇ ਜਾਂਦੇ ਆ। ਲੱਡੂ ਖਾਂਦੇ, ਚਾਅ ਨਾਲ ਖੁਸ਼ੀ ਦਾ ਮੌਕਾ ਹੁੰਦਾ, ਲੱਡੂ ਖਾਂਦੇ ਆ। ਜੇ ਮੈਂ ਤੁਹਾਨੂੰ ਖਬਰ ਇਹ ਦੱਸਾਂ ਕਿ ਲੱਡੂਆਂ ਦੇ ਕਾਰਨ ਤਲਾਕ ਵੀ ਹੋ ਸਕਦਾ ਤਾਂ ਵਾਕਈ ਹੈਰਾਨੀ ਵਾਲੀ ਗੱਲ ਹੈ। ਲੱਡੂ ਤਲਾਕ ਕਿਵੇਂ ਕਰਾ ਸਕਦੇ ਆ? ਬਿਲਕੁਲ ਤਲਾਕ ਹੋਇਆ ਜੀ ਇਹ ਯੂਪੀ ਦੇ ਵਿੱਚ, ਮੇਰਠ ਜ਼ਿਲ੍ਹੇ ਦੇ ਵਿੱਚ ਯੂਪੀ ਦੇ ਵਿੱਚ ਤਲਾਕ ਹੋਇਆ। ਬੰਦੇ ਨੇ ਤਲਾਕ ਲਿਆ ਆਪਣੀ ਘਰਵਾਲੀ ਕੋਲੋਂ ਔਰ ਜੱਜ ਨੇ ਪੁੱਛਿਆ ਵੀ ਕਾਰਨ ਕੀ ਹੈ, ਉਹ ਕਹਿੰਦਾ ਜੀ ਕਾਰਨ ਲੱਡੂ। ਕਹਿੰਦੇ ਵੀ ਕੀ ਗੱਲ, ਤਾਂ ਤੂੰ ਲੱਡੂ ਮੰਗਦੀ ਸੀ? ਨਾ ਮੰਗਦੀ ਨਹੀਂ ਸੀ, ਕਹਿੰਦਾ ਜੀ ਮੈਨੂੰ ਸਾਰਾ ਦਿਨ ਕੁਛ ਖਾਣ ਨੂੰ ਹੋਰ ਦਿੰਦੀ ਨਹੀਂ ਸੀ, ਸਿਰਫ ਲੱਡੂ। ਉਹ ਜਨਾਨੀ ਨੂੰ ਪੁੱਛਿਆ ਵੀ ਤੂੰ ਭਾਈ ਇਹਨੂੰ ਕਿਉਂ ਲੱਡੂ ਖਾਣ, ਹੋਰ ਕੁਛ ਖਾਣ ਨੂੰ ਕਿਉਂ ਨਹੀਂ ਦਿੰਦੀ? ਉਹ ਕਹਿੰਦੇ ਜੀ ਮੈਂ ਬਿਮਾਰ ਜਿਹਾ ਰਹਿੰਦੇ ਸੀਗੇ ਢਿੱਲੇ ਮੱਠੇ, ਅਤੇ ਮੈਂ ਇੱਕ ਤਾਂਤਰਕ ਕੋਲ ਗਈ ਸੀ ਅਤੇ ਤਾਂਤਰਕ ਕਹਿੰਦਾ ਵੀ ਤੂੰ ਹੋਰ ਕੁਛ ਖਾਣ ਨੂੰ ਨਹੀਂ ਦੇਣਾ, ਸਿਰਫ ਲੱਡੂ ਦੇਣੇ ਆ। ਅਤੇ ਉਹ ਕਹਿੰਦਾ ਜੀ ਮੈਂ ਲੱਡੂ ਖਾ ਨਹੀਂ ਸਕਦਾ, ਚਾਰ ਟਾਈਮ ਕਿਹੜਾ ਲੱਡੂ ਖਾਵੇ, ਤਿੰਨ ਟਾਈਮ ਚਾਰ ਚਾਰ ਲੱਡੂ ਇਕੱਠੇ। ਅਤੇ ਉਹਨੇ ਇਸ ਬਿਹਾਫ 'ਤੇ ਤਲਾਕ ਜਿਹੜਾ ਉਹਦੀ ਮੰਗ ਕੀਤੀ ਹੈ, ਕੋਰਟ ਦੇ ਵਿੱਚ ਕੇਸ ਗਿਆ ਹੋਇਆ। ਅੱਗੇ ਇਹਦਾ ਕੀ ਰਿਜ਼ਲਟ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ। 10 ਸਾਲ ਇਹਨਾਂ ਦੇ ਵਿਆਹ ਨੂੰ ਹੋ ਗਏ ਵੈਸੇ ਇਸ ਜੋੜੀ ਦੇ, ਅਤੇ ਤਿੰਨ ਬੱਚੇ ਇਹਨਾਂ ਦੇ ਹੈਗੇ ਨੇ। ਲਓ ਜੀ, ਇੱਕ ਖਬਰ ਹੋਰ ਸੀ ਬੜੀ ਵਧੀਆ, ਬੜੀ ਇੰਟਰਸਟਿੰਗ ਖਬਰ ਸੀ ਆਪਣੇ ਭਾਰਤੀ ਯੂਪੀ ਦੀ ਹੋ ਸੀ, ਇਹੋ ਜਿਹੀਆਂ ਖਬਰਾਂ ਉੱਥੇ ਹੀ ਹੁੰਦੀਆਂ। ਇੱਕ ਫੋਟੋ ਦਿਖਾ ਦਿਓ ਸੁੱਖਾ ਜੀ ਫਟਾਫਟ। ਅਤੇ ਇਹਨੂੰ ਕਹਿੰਦੇ ਜੀ ਇਹ ਬਾਬਾ ਜੀ ਨੇ ਕੋਈ, ਦਰੱਖਤਾਂ 'ਤੇ ਰਹਿੰਦੇ ਨੇ, ਦਰੱਖਤਾਂ 'ਤੇ ਹੀ ਰੋਟੀ ਖਾਂਦੇ ਨੇ, ਦਰੱਖਤਾਂ 'ਤੇ ਹੀ ਆਪਣੀ ਪਾਠ ਪੂਜਾ ਕਰਦੇ ਨੇ, ਅਤੇ ਦਰੱਖਤਾਂ ਦੇ ਉੱਪਰ ਹੀ ਸੌਂਦੇ ਨੇ। ਚੁਸਤੀ 60 ਸਾਲ ਦੀ ਉਮਰ ਹੈ, ਪਰ ਚੁਸਤੀ ਫੁਰਤੀ ਇੰਨੀ ਹੈ। ਇਸ ਬਾਬੇ ਦਾ ਨਾਂ ਹੁਣ ਜੇ ਮੈਂ ਤੁਹਾਨੂੰ ਦੱਸਾਂ ਵੀ ਉਹਦਾ ਬਾਬੇ ਦਾ ਨਾਮ ਕੀ ਪਿਆ, ਕਿਸ ਬਾਬੇ ਦੇ ਨਾਲ ਨਾਂ ਨਾਲ ਮਸ਼ਹੂਰ ਹੈ, ਦੁਨੀਆ ਦੂਰੋਂ ਦੂਰੋਂ ਉਸ ਬਾਬੇ ਨੂੰ ਦੇਖਣ ਉਹਦੀ ਦਰੱਖਤ ਦੇ ਉੱਪਰ। ਇਸ ਬਾਬੇ ਦਾ ਨਾਂ ਹੈ ਬਾਂਦਰ ਬਾਬਾ, ਵੀ ਇਹ ਬਾਂਦਰਾਂ ਵਾਂਗੂ ਠੂਸੀਆਂ ਮਾਰ ਕੇ ਮਿੰਟ 'ਚ ਦਰ ਚੜ੍ਹ ਜਾਂਦਾ ਦਰੱਖਤ 'ਤੇ, ਅਤੇ ਇਹਦਾ ਨਾਂ ਹੀ ਬਾਂਦਰ ਬਾਬਾ ਪੈ ਗਿਆ। ਇਟ ਹੈਪਨਸ ਓਨਲੀ ਇਨ ਇੰਡੀਆ, ਇਹ ਵੀ ਸੱਚੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਅਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਹੋਰ ਵੀ ਬ੍ਰੇਕ ਤੋਂ ਬਾਅਦ ਕਰਾਂਗੇ, ਕੋਸ਼ਿਸ਼ ਕਰਾਂਗੇ ਅੱਜ ਇੱਕ ਵਾਰ ਫਿਰ ਕਾਫੀ ਅਰਸੇ ਦੇ ਬਾਅਦ ਅਣਜਾਣ ਸਾਹਿਬ ਨੂੰ ਬੇਨਤੀ ਕਰਾਂਗੇ, ਅਗਰ ਉਹ 5-7 ਮਿੰਟ ਸਾਡੇ ਨਾਲ ਲਾਉਣਗੇ ਤਾਂ ਵਧੀਆ ਗੱਲ ਹੈ, ਨਹੀਂ ਤਾਂ ਅਦਰਵਾਈਜ਼ ਤੁਹਾਡੀਆਂ ਕਾਲਾਂ ਜਿਹੜੀਆਂ ਆਪਾਂ ਇਸ ਤੋਂ ਬਾਅਦ ਇੱਕ ਵਿਸ਼ਾ ਹੀ ਹੁੰਦਾ ਜੀ, ਬ੍ਰੇਕ ਤੋਂ ਬਾਅਦ ਦੱਸੂਗਾ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਜੀ ਜ਼ਾਈਨੂ ਜਲਵੇ ਜੱਗੀ ਦੇ ਵਿੱਚ, ਔਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਅਣਜਾਣ ਸਾਹਿਬ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਥੋੜ੍ਹੀ ਦੇਰ ਵਾਸਤੇ, ਔਰ ਇਹਨਾਂ ਦੇ ਗਿਆਨ ਦੇ ਖਜ਼ਾਨੇ ਦੇ ਵਿੱਚੋਂ 2-4 ਬੂੰਦਾਂ ਆਪਾਂ ਵੀ ਗਿਆਨ ਦੀਆਂ ਜਿਹੜੀਆਂ ਉਹ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਅਣਜਾਣ ਸਾਹਿਬ ਨੂੰ ਪੂਰੀ ਹੈ। ਇਤਿਹਾਸ ਦੀ ਜਾਣਕਾਰੀ ਹੋਵੇ, ਚਾਹੇ ਮਿਥਿਹਾਸ ਦੀ ਹੋਵੇ, ਚਾਹੇ ਸਾਖੀਆਂ ਦੀ ਗੱਲ ਕਰੀਏ ਜਾਂ ਅਸੀਂ ਹੋਰ ਗਿਆਨ ਦੀ ਗੱਲ ਕਰੀਏ। ਸੋ ਗੱਲਬਾਤ ਕਰਦੇ ਹਾਂ ਅਣਜਾਣ ਸਾਹਿਬ ਦੇ ਨਾਲ। ਹੈਲੋ, ਹਾਂਜੀ ਪੈਰੀ ਪਿੰਡਾਂ ਜੀ, ਅਣਜਾਣ ਸਾਹਿਬ ਹੈਲੋ। ਲੈ ਚੱਲੇ ਆਪਣੇ ਕੋਲ ਨਾ ਮਾਰੀ ਰੋਲ ਐਵੇਂ ਭੂਲ ਵੀ ਜੱਗੀ, ਐਵੇਂ ਭੂਲ ਵੀ ਜੱਗੀ, ਉੱਤੇ ਵਾਲੀ ਉੱਥੇ ਨਹੀਂ ਉਹ ਚੱਲਣੀ ਠੱਗੀ, ਇੱਥੇ ਵਾਲੀ ਉੱਥੇ ਨਹੀਂ ਉਹ ਚੱਲਣੀ ਠੱਗੀ। ਵਾਕਿਆ ਜੀ, ਵਾਕਿਆ ਜੀ, ਜੱਗੀ ਸਾਹਿਬ ਜੀ, ਆਪ ਦੇ ਦਰਸ਼ਕਾਂ ਨੂੰ ਨਿਮਰਤਾ, ਸੇਵ ਸਭ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਅਣਜਾਣ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸ਼ੋਅ ਦੇ ਵਿੱਚ। ਕਾਫੀ ਦੇਰ ਬਾਅਦ ਮੈਂ ਹੁਣ ਗਿਆ ਸੀ ਫਰਿਜਨੋ ਵਗੈਰਾ ਵੀ ਗਏ ਸੀ, ਸਿਨਸਿਨੈਟੀ ਵੀ ਗਏ ਸੀ,
ਅਤੇ ਪੁੱਛਦੇ ਹੁੰਦੇ ਲੋਕ ਫਿਰ ਉੱਥੇ ਵੀ, ਹੁਣ ਕਾਫੀ ਦੇਰ ਹੋ ਗਈ ਅਨਜਾਨ ਸਾਹਿਬ ਆਏ ਨਹੀਂ, ਮੈਂ ਕਿਹਾ ਵੀ ਮੈਂ ਹੀ ਬਾਹਰ ਪ੍ਰੋਗਰਾਮ ਕਰ ਰਿਹਾ ਸੀ ਇਸ ਕਰਕੇ ਉਹਨਾਂ ਨੂੰ ਨਹੀਂ ਲੈ ਸਕੇ ਫੋਨ 'ਤੇ। ਸੋ ਅੱਜ ਬੜੀ ਚੰਗੀ ਗੱਲ ਹੈ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਅਤੇ ਕੀ ਕਹਿਣਾ ਚਾਹੁੰਦੇ ਹੋ ਜੀ? ਧੰਨਵਾਦ ਜੀ, ਤੁਹਾਡੇ ਨਵੇਂ ਨਵੇਂ ਪ੍ਰੋਗਰਾਮ ਲੱਗਦੇ, ਜਿਹਨਾਂ ਦੇ ਪ੍ਰੋਗਰਾਮ ਦਿਖਾਏ ਉਹਨਾਂ ਦੀ ਵੀ ਚੜ੍ਹਦੀ ਕਲਾ 'ਚ ਅਤੇ ਆਪ ਵੀ ਰੰਗ ਦਿਖਾਉਂਦੇ, ਮੌਜਾਂ ਬਣਾ ਛੱਡਦੇ ਆ। ਕਿਹੜੀ ਗੱਲ ਕਹੀ ਜੀ? ਸਾਡੀ ਜ਼ਿੰਦਗੀ ਜੱਗੀ ਸਾਹਿਬ ਜੀ ਬਹੁਤ ਛੋਟੀ ਆ ਜੀ, ਤੇ ਪਰ ਦਾਅਵੇ ਬਹੁਤ ਬਹੁਤ ਵੱਡੇ ਆ। ਅਸੀਂ ਆਕਾਸ਼ ਨਾਲ ਲੱਤਾਂ ਲਾਈ ਫਿਰਦੇ ਹਾਂ ਤੇ ਜੀਵਨੀ ਸਾਡੀ ਇੰਨੀ ਛੋਟੀ ਆ ਵੀ ਇਹਦੀ ਗਿਣਤੀ ਵੀ ਨਹੀਂ ਸਾਡੇ ਕੋਲ ਜੀ। ਜੀ ਜੀ, ਗੁਰਬਾਣੀ ਤੇ ਏਦਾਂ ਕਹਿੰਦੀ ਆ ਵੀ ਹਰ ਜਪਦਿਆਂ ਖਿਣ ਢਿੱਲ ਨਾ ਕੀ ਜਾਈ ਮੇਰੀ ਜਿੰਦੜੀਏ, ਮਤ ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ ਜੀ। ਵੀ ਇੱਕ ਸਾਹ ਦਾ ਵੀ ਪਤਾ ਨੀ ਤੇਰੀ ਜ਼ਿੰਦਗੀ ਹੈ ਕਿ ਨਹੀਂ। ਕੀ ਬਾਤ ਹੈ ਜੀ, ਬਿਲਕੁਲ ਜੀ। ਤੇ ਅਗਲਾ ਉਪਦੇਸ਼ ਦਿੰਦੀ ਆ, ਜਾਗ ਸਲੋਂਦਣੀਏ ਬੋਲੇ ਗੁਰਬਾਣੀ ਰਾਮ ਜੀ, ਸੁੱਤੀ ਪਈਆਂ ਰੂਹੇ ਜਾਗ ਸਮਾਂ ਬੀਤੀ ਜਾਂਦਾ ਹੈ ਜੀ। ਤੇ ਜਮ ਰਾਜ ਅਗਲਾ ਹੈਗਾ, ਜਮ ਰਾਜੇ ਕੇ ਹੇਰੂ ਆਏ ਜੀ। ਇਹ ਜਮ ਰਾਜੇ ਕੇ ਹੇਰੂ ਕਿਹੜੇ ਆ ਗਏ ਜੀ? ਜੀ ਦੱਸੋ ਜੀ ਜ਼ਰੂਰ। ਜਮ ਰਾਜੇ ਕੇ ਹੇਰੂ ਆ ਜਿਹੜੀ ਸਾਡੇ ਹਰ ਬਾਡੀ ਤੇ, ਚਾਹੇ ਫੀਮੇਲ ਆ ਚਾਹੇ ਮਰਦ ਆ ਜੀ, ਧੌਲੇ ਜਿਹੜੇ ਜਦੋਂ ਧੌਲੇ ਆਉਂਦੇ ਇਹਨਾਂ ਨੂੰ ਗੁਰਬਾਣੀ ਨੇ ਰੰਗ ਸਮਾਨੇ ਫਿਰ ਰੰਗ ਲਾ ਕੇ ਅਸੀਂ ਉਹਨਾਂ ਨੂੰ ਲੁਕੋ ਲਿਆ ਵੀ ਇਹ ਦਿਸਣ ਨਾ ਜੀ। ਇੱਕ ਤੇ ਸਿਆਣਪ ਵੀ ਆ ਤੇ ਦਿਖਾਉਂਦੇ ਵੀ ਸਿਆਣੇ ਹੋ ਗਏ ਆ, ਤੇ ਦੂਜਾ ਇਹ ਉਧਰਲਾ ਸਾਈਨ ਬੋਰਡ ਵੀ ਆ ਵੀ ਉਧਰਲਾ ਵਿਆਹ ਵੀ ਚੇਤਾ ਰੱਖ, ਚੇਤਾ ਰੱਖੋ ਜੀ। ਤੇ ਬਾਬੇ ਫਰੀਦ ਜੀ ਦਾ ਵੀ ਅਪਰੇਜ ਆ, ਉਹਨਾਂ ਦਾ ਤੇ ਬਹੁਤ ਤਕੜਾ ਆ। ਫਰੀ ਉੱਠ ਫਰੀਦਾ ਸੁੱਤਿਆ ਦਾੜੀ ਹੋਈ ਭੂਰ, ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ, ਪਿੱਛਾ ਰਹਿ ਗਿਆ ਦੂਰ। ਵਾਹ ਜੀ ਵਾਹ ਜੀ। ਅਰਦਾਸਾ ਦੀ ਵਾਰ ਚ ਬਕਾਰ, ਜਿੰਨੇ ਇੱਥੇ ਫਲ ਜਗਣ ਪਹਿਨ ਪਨਾਉਣ ਤੇ ਜੋ ਗੱਦੀ ਜੋ ਸਾਡੇ ਸੋਹੋ ਆ ਸਾਰੇ, ਇਹਨਾਂ ਤੇ ਸਭ ਕੁਛ ਹੁਕਮ ਵੀ ਚਲਾ ਲਿਆ, ਪਰ ਆਪਦੇ ਹੱਲ ਨੀ ਏਦਾਂ ਜਿੱਦਾਂ ਵੀ ਜੀਵਨੀ ਹੱਲ ਨੀ ਧਿਆਨ ਸਾਥੋਂ ਦੇ ਹੋਇਆ ਜੀ ਜੀ। ਤੇ ਉਹਦਾ ਅਰਥ ਕੀ ਨਿਕਲਦਾ ਹੈ ਜੀ? ਆਸਾ ਦੀ ਵਾਰ ਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜੀ ਜੀ, ਕੱਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਜੀ, ਮੰਦਾ ਚੰਗਾ ਕੀਤਾ ਆਪਣਾ ਆਪੇ ਹੀ ਕੀਤਾ ਪਾਉਣਾ ਜੀ, ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਜੀ। ਖੁੱਲੀਆਂ ਉੱਥੇ ਏਦਾਂ ਸੜਕਾਂ ਨੀ ਉਦੋਂ ਬਣੀਆਂ ਹੋਈਆਂ। ਅੱਛਾ ਜੀ। ਹੁਕਮ ਕੀ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੂਜ ਕਰ ਚੱਲਿਆ ਤਾਂ ਦਿਸੇ ਖਰਾ ਡਰਾਵਣਾ। ਵਾਹ ਜੀ ਵਾਹ ਵਾਹ ਜੀ। ਨੰਗਾ ਕਿਤੇ ਕੱਪੜਿਆਂ ਬਾਜੋ ਤਾਂ ਨਹੀਂ, ਗੁਣ ਕੋਈ ਨੀ ਕੋਲ ਜੀ, ਸਾਰੇ ਉਗਣ ਹੀ ਆ ਜੀ। ਇਸ ਕਰਕੇ ਨੀਤੋਂ ਨੰਗਾ ਕਰਕੇ ਤੇ ਉਮਰ ਦਾ ਤੇ ਉਧਰ ਹੀਰੂ ਆ ਗਏ ਤੇ ਉਧਰ ਹੁਕਮਨਾਮਾ ਵੀ ਆ ਗਿਆ ਜੀ ਜੀ। ਹਰ ਫਰਮਾਨ ਦਰਗੇ ਕਾ ਆਇਆ ਤੇ ਚਲੋ ਸ਼ਤਾਬ ਦੀਵਾਨ ਬੁਲਾਇਆ ਜੀ। ਇੱਥੇ ਤੁਸੀਂ ਧਿਆਨ ਨਹੀਂ ਦਿਆ ਤੇ ਤੁਹਾਡਾ ਸਮਾਂ ਤਾਂ ਬੀਤ ਗਿਆ। ਹਰ ਫਰਮਾਨ ਦਰਗੇ ਕਾ ਆਇਆ ਚਲੋ ਸ਼ਤਾਬ ਦੀਵਾਨ ਬੁਲਾਇਆ ਜੀ। ਸਾਕਤ ਹਰ ਰਸ ਸਾਧ ਨਾ ਜਾਣਿਆ ਤੇ ਅੰਤਰ ਹੋਮੇ ਕੰਡਾ ਹੈ, ਜਿਉ ਚੱਲੇ ਚੁਭੇ ਦੁੱਖ ਪਾਵੇ ਜਾਂ ਜਮ ਕਾਲ ਸਹੇ ਸਿਰ ਡੰਡਾ ਹੈ। ਇਹ ਡੰਡੇ ਨਾਲ ਗੱਲ ਚੱਲਦੀ ਹੈ, ਉਦਾਂ ਤੇ ਕੌਣ ਜਾਂਦਾ ਚੁੱਪ ਕਰਕੇ ਜੀ। ਬਿਲਕੁਲ। ਇੱਥੇ ਬਨ ਸੁਣੇ ਸਾਰੇ ਹੀ ਆ, ਕੰਮ ਸਾਰੇ ਹੀ ਆ, ਆਖਰਕਾਰ ਸਭ ਦਾ ਇੱਕੋ ਹੀ ਸ਼ਿੰਗਾਰ ਹੁੰਦਾ, ਉਦਾਂ ਸ਼ਿੰਗਾਰ ਮੁੱਕਦੇ ਨੀ। ਲਾਸ਼ ਭਾਵੇਂ ਕੋਈ ਬਰਾਦਰੀ ਆ, ਬਾਦਸ਼ਾਹ ਆ, ਅਮੀਰ ਆ, ਬਰਾਦਰੀ ਕੋਈ ਅਖੀਰ ਸਭ ਦਾ ਫੈਸ਼ਨ ਇੱਕ ਹੁੰਦਾ ਜੀ, ਤੇ ਉਹਦੇ ਸੰਭਾਲਣ ਦੇ ਚਾਰ ਥਾਂ ਬਣਦੇ ਆ ਜੀ। ਕੋਈ
ਕੋਈ ਸਾੜਨ ਕੋਈ ਨੱਪ ਕੋਈ ਸਾੜਨ ਕੋਈ ਨੱਪਣ ਕੋਈ ਡੋਬਣ ਕੋਈ ਹੱਸਣ ਵਿੱਚ ਰੱਖਣ ਜੀ। ਸਿੱਖ ਸਾੜਦੇ ਆ ਬਾਕੀ ਕਬਰਾਂ ਚ ਕਰਦੇ ਕੋਈ ਡੱਬਣ ਚ ਕਰਦੇ ਤੇ ਯਹੂਦੀਆਂ ਦੇ ਉਹ ਇਸ ਚੀਜ਼ ਨੂੰ ਉਹ 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 ਹੱਸਣ ਇਹਨੂੰ ਉਹਨਾਂ ਦਾ ਨਾਂ ਆ ਹੱਸਣ ਇਹਨੂੰ ਕਹਿੰਦੇ ਉਹ। ਅੱਛਾ ਜੀ। ਕੋਈ ਸਾੜਨ ਕੋਈ ਨੱਪਣ ਕੋਈ ਡੋਬਣ ਕੋਈ ਹੱਸਣ ਵਿੱਚ ਰੱਖਣ ਤੇ ਉਦੋਂ ਸ਼ਿੰਗਾਰ ਸਭ ਦਾ ਇੱਕੋ ਹੁੰਦਾ ਬਿਨਾਂ ਜੇਬ ਦੇ ਖੱਪਣ। ਵਾਹ ਜੀ ਵਾਹ। ਅੰਜਾਨ ਸਾਹਿਬ ਇੱਕ ਮਿੰਟ ਮੈਂ ਹੋਲਡ ਕਰਨ ਲੱਗਿਆ ਤੁਹਾਡਾ ਫੋਨ ਅਤੇ ਬ੍ਰੇਕ ਤੋਂ ਬਾਅਦ ਕਰਦੇ ਜੀ ਕੰਟੀਨਿਊ। ਜੀ ਬਿਲਕੁਲ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਸਵਾਗਤ ਜੀ ਜ਼ਾਈਨੂ ਜਲਵੇ ਜੱਗੀ ਦੇ ਵਿੱਚ। ਅੰਜਾਨ ਸਾਹਿਬ ਫੋਨ ਲਾਈਨ 'ਤੇ ਹੈਗੇ ਨੇ, ਮੈਂ ਉਹਨਾਂ ਨੂੰ ਹੋਲਡ ਰੱਖਿਆ। ਹੈਲੋ ਹੈਲੋ ਅੰਜਾਨ ਸਾਹਿਬ, ਧੰਨਵਾਦ ਜੀ, ਮੁਆਫ਼ੀ ਚਾਹੁੰਦਾ ਜੀ, ਮੁਆਫ਼ੀ ਚਾਹੁੰਦਾ, ਬ੍ਰੇਕ ਬਹੁਤ ਜ਼ਰੂਰੀ ਇਹ ਲੈਣੀ ਪੈਂਦੀ ਵੀ ਸਾਨੂੰ। ਹਾਂਜੀ ਹੁਣ ਤੁਸੀਂ ਕੰਟੀਨਿਊ ਰੱਖੋ, ਇਹ ਆਪਣਾ ਹੱਸਣ ਡੋਬਣ ਅਤੇ ਜਲ ਗੱਲ ਚਰ ਜਿਹੜੀ ਚੱਲ ਰਹੀ ਸੀਗੀ ਵੀ ਕੋਈ ਕੁਛ ਕਰਦਾ ਕੁਛ ਕਰਦਾ। ਹਾਂਜੀ ਜੀ 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 ਜੀ। ਕੋਈ ਅੱਗ 'ਚ ਸਾੜਨ ਕੋਈ ਧਰਤ 'ਚ ਨੱਪਣ ਕੋਈ ਜਲ 'ਚ ਡੋਬਣ ਅਤੇ ਕੋਈ ਹੱਸਣ ਵਿੱਚ ਰੱਖਣ ਜੀ, ਉਦੋਂ ਸ਼ਿੰਗਾਰ ਸਭ ਦਾ ਇੱਕ ਹੁੰਦਾ ਬਿਨਾਂ ਜੇਬ ਖੱਪਣ ਜੀ, ਬਿਨਾਂ ਜੇਬ ਖੱਪਣ। ਸ਼ਮਸ਼ਾਨ ਗਏ ਨੂੰ ਕੋਈ ਨਾ ਪੁੱਛੇ ਕਿਉਂ ਆਇਆ, ਨਾ ਕੋਈ ਪੁੱਛੇ ਨੰਬਰਾਂ ਦਾ, ਮੇਰੀ ਮੇਰੀ ਮੇਚ ਨਹੀਂ ਆਉਣੀ ਜਿਸਮ ਬਕਾਇਆ ਖਬਰਾਂ ਦਾ, ਜੇ ਨਹੀਂ ਸੁਣਨੀ ਤੇ ਜਾਵੀਂ ਕਹਿ ਕੇ ਤੇ ਬਹਿ ਜਾਏ ਅਕਲ ਕਿਸੇ ਤੋਂ ਲੈ ਕੇ ਜੀ, ਆਪਣਾ ਆਪ ਮਾਰਲਾ ਢਹਿ ਕੇ ਬਣ ਕੇ ਸਾਕਾ ਸਬਰਾਂ ਦਾ, ਮੇਰੀ ਮੇਰੀ ਮੇਚ ਨਹੀਂ ਆਉਣੀ ਜਿਸਮ ਬਕਾਇਆ ਕਬਰਾਂ ਦਾ, ਜੇ ਨੀ ਤੇਰੇ ਆਪਣੇ ਵੱਸ ਫਿਰਦੇ ਹੋਰ ਕਿਸੇ ਨੂੰ ਦੱਸ, ਉਹ ਕਿਧਰੇ ਨਿਕਲ ਚ ਫੇਰੇ ਨਸ ਬੀਤ ਗਈ ਮੌਕਾ ਅਬਰਾਂ ਦਾ, ਮੇਰੀ ਮੇਰੀ ਮੇਚ ਨਹੀਂ ਆਉਣੀ ਜਿਸਮ ਬਕਾਇਆ ਕਬਰਾਂ ਦਾ। ਵਾਜੀ ਵਾਹ। ਅਣਜਾਣ ਨਹੀਂ ਆਉਣਾ ਕੰਮ ਨਾ ਕੰਮ ਆਉਣਾ ਆਖਰੀ ਚੰਮ, ਚੁੱਕ ਤੁਰਨੇ ਅਖੀਰ ਡਰੰਮ ਜਾਂ ਬਕਸਾ ਬੰਦ ਹੋ ਗਿਆ ਖਬਰਾਂ ਦਾ, ਤੇਰੀ ਮੇਰੀ ਮੇਚ ਨਹੀਂ ਆਉਣੀ ਜਿਸਮ ਬਕਾਇਆ ਖਬਰਾਂ ਦਾ, ਮੇਰੀ ਮੇਰੀ ਮੇਚ ਨਹੀਂ ਆਉਣੀ ਜਿਸਮ ਬਕਾਇਆ ਖਬਰਾਂ ਦਾ, ਇਹ ਬੋਲ ਨਾਲ ਹੀ ਸਾਡੀਆਂ ਗੱਲਾਂ ਆ ਪਿਆਰੇ ਉੱਤੇ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਾਉਣ ਦੇ ਬਹੁਤ ਬਹੁਤ ਧੰਨਵਾਦ, ਸਰੋਤੇ ਤੇ ਆਪ ਚੜ੍ਹਦੀ ਕਲਾ ਚ ਰਹੋ ਜੀ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅਤੇ ਹੁਣ ਮੈਂ ਸਾਡੇ ਦਰਸ਼ਕਾਂ ਨੇ ਜਿਹੜੀ ਗੱਲਬਾਤ ਕਰਨੀ, ਆਪਣਾ ਵਿਸ਼ਾ ਵੀ ਅੱਜ ਚਲੋ ਥੋੜ੍ਹਾ ਸਮਾਂ ਹੋਏਗਾ ਕਰਨ ਵਾਸਤੇ, ਇੱਕ ਫਸਟ ਟਾਈਮ ਕਈ ਚੀਜ਼ਾਂ ਹੋਈਆਂ ਨੇ, ਆ ਯੂਟਿਊਬ ਕਦੇ ਪਹਿਲੀ ਵਾਰ ਆਇਆ ਹੋਊਗਾ, ਈਮੇਲ ਪਹਿਲੀ ਵਾਰ ਆਈ ਹੈ, ਕਦੇ ਕੋਈ ਫੇਸਬੁੱਕ ਪਹਿਲੀ ਵਾਰ ਆਇਆ, ਸਾਰਾ ਕੁਛ ਪਹਿਲੀ ਵਾਰ ਹੋਇਆ ਹੋਊ। ਮੈਂ ਦੋ ਤਿੰਨ ਚੀਜ਼ਾਂ ਐਸੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਕਿ ਪਹਿਲੀ ਵਾਰ ਜਿਹੜੀਆਂ ਸਾਡੇ ਨਾਲ ਸੰਬੰਧਿਤ ਚੀਜ਼ਾਂ ਨੇ ਉਹ ਕਦੋਂ ਕਦੋਂ ਹੋਈਆਂ। ਪਾਕਿਸਤਾਨ ਦੀ ਗੱਲ ਕਰੀਏ ਤਾਂ 14 ਮਾਰਚ 2018 ਨੂੰ ਸਿੱਖ ਭਾਈਚਾਰੇ ਦੇ ਵਿਆਹ ਨੂੰ ਉੱਥੇ ਕਾਨੂੰਨੀ ਮਾਨਤਾ ਦਿੱਤੀ ਗਈ ਅਤੇ ਸਿੱਖ ਆਨੰਦ ਐਕਟ ਜਿਹੜਾ ਲਾਗੂ ਹੋਇਆ ਮਾਰਚ 2018 ਦੇ ਵਿੱਚ, ਪਹਿਲੀ ਵਾਰ ਜਿਹੜੀ ਚੀਜ਼ ਹੋਈ ਹੈ। ਜਸਟਿਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਉਹ 17 ਤੋਂ 24 ਫਰਵਰੀ 2018 ਨੂੰ ਹਰਿਮੰਦਰ ਸਾਹਿਬ ਪਹੁੰਚਣ ਵਾਲੇ ਫੈਮਿਲੀ ਸਮੇਤ ਪਰਿਵਾਰ ਨਾਲ ਜਾਣ ਵਾਲੇ ਦੁਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਗਏ ਬਥੇਰੇ, ਜਾਂ ਇਕੱਲੇ ਗਏ ਆ ਜਾਂ ਫਿਰ ਮਤਲਬ ਉੱਦਾਂ ਗਏ ਆ, ਇਹਨੇ ਪਰਿਵਾਰ ਸਮੇਤ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ। ਫੁੱਟਬਾਲ ਦਾ ਕਰੇਜ਼ ਹੋਏਗਾ ਸਾਡੇ ਦਰਸ਼ਕਾਂ ਨੂੰ, ਫੀਫਾ ਵਰਲਡ ਕੱਪ ਜਿਹੜਾ ਉਹ 13 ਜੁਲਾਈ 1930 ਨੂੰ ਪਹਿਲੀ ਵਾਰ ਹੋਇਆ ਸੀ ਉਰੂਗਾਏ ਦੇ ਵਿੱਚ। ਰੋਬੋਟ ਆਏ ਨੇ ਕੰਮਕਾਰ ਕਰਨ ਵਾਲੇ ਦਫ਼ਤਰਾਂ ਦੇ ਵਿੱਚ, ਰੋਬੋਟ ਜਿਹੜੇ ਆਏ ਨੇ। ਸਾਊਦੀ ਅਰਬ ਦੇ ਵਿੱਚ ਰੋਬੋਟ ਨੂੰ ਬਕਾਇਦਾ ਕਾਨੂੰਨੀ ਨਾਗਰਿਕਤਾ ਸਿਟੀਜ਼ਨਸ਼ਿਪ ਦਿੱਤੀ ਗਈ ਹੈ। ਕੁੜੀ ਰੋਬੋਟ ਹੈਗੀ ਹੈ ਸੋਫੀਆ, ਔਰ ਕਮਾਲ ਦੀ ਗੱਲ ਇਹ ਹੈ ਕਿ ਉਹਨੂੰ ਅਧਿਕਾਰ ਜਿਹੜੇ ਨੇ ਉੱਥੇ ਸਾਊਦੀ ਅਰਬ ਦੇ ਵਿੱਚ ਬਾਕੀ ਔਰਤਾਂ ਨਾਲੋਂ ਜ਼ਿਆਦਾ ਨੇ। ਮੇਰਾ ਖਿਆਲ ਬੁਰਕਾ ਵੀ ਨਹੀਂ ਪਾਉਣਾ ਪੈਂਦਾ ਹੁਣ ਉਹਨੂੰ। ਖੈਰ ਇੱਕ ਟਾਈਮ ਮੈਗਜ਼ੀਨ ਨੇ 1927 ਦੇ ਵਿੱਚ ਸਭ ਤੋਂ ਪਹਿਲਾਂ ਪਰਸਨ ਆਫ ਦਾ ਈਅਰ ਸ਼ੁਰੂ ਕੀਤਾ ਸੀ 1927 ਦੇ ਵਿੱਚ ਸਭ ਤੋਂ ਪਹਿਲਾਂ। ਅਤੇ ਇਕੱਲੇ ਜਹਾਜ਼ ਚਲਾਉਣ ਵਾਲੇ ਅਟਲਾਂਟਿਕ ਵਿੱਚ ਚਾਰਲਸ ਲਿੰਡਬਰ ਨੂੰ ਉਹਨਾਂ ਨੇ ਇਹ ਅਵਾਰਡ ਦਿੱਤਾ ਸੀ। ਹੁਣ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇਹ ਕਰਨੀ ਹੈ
कि तुहानूं पहली वेर कोई चीज़ ऐसी जिहड़ी है अज तक याद होवे, जिवें मैं अपनी गल तुहानूं दस देवां, कालां ब्रेक तो बाद लऊंगा। अपनी गल यह है, वैसे तो पहली वेर जदों बच्चा स्कूल जांदा है वह भी याद रहिंदा, पहली वेर कोई गर्लफ्रेंड बनती है वो तो मेरे ख्याल सारी उम्र नहीं भुलती। पहला कहिंदे हुंदे सी पहला पहला प्यार नहीं भुलदा, अजकल तो दूए दिन ही भुल जांदा पहला प्यार जिहड़ा हुंदा। होर चीज़ां ना भुलण वालियां यह है, कोई ऐसा इंसीडेंट जिंदगी दा जां तुसीं जिंदगी च बहुत डरे होवो, मैं अपना दसदा बाकी तुहाडे ब्रेक तो बाद लऊंगा, कि जिंदगी च पहली बार जदों मैं स्टेज पर चढ़िया, स्टेज पर 1986 की गल है, 1986 की, एक छोटा जिहा रोल मैनूं मिलिया सीगा। तो पहली बार मैं उस रोल दे विच मेरियां लत्तां इन्नियां कंबियां सी, मैनूं अज भी हुण पूरी दुनिया सी उस बेस ओ सीगा, पूरी दुनिया घूम ली है बेशक, पर वो चीज़ मैनूं अज भी नहीं भुलदी जदों मैं पहली बार स्टेज पर चढ़िया सी। होर कई चीज़ां हो सकदियां, जिवें आ सारा कुछ पहली बार होया, होर बड़ा कुछ पहली बार इत्थे हुंदा, इहदे बारे तुहाडे नाल गलबात करांगे। तुसीं जद तक नंबर डायल कर लो, स्क्रीन दे उपर नंबर आ रहा, ते अज कुछ ऐसा ही कोई विशा नहीं है, ये कोई विशा नहीं है, ये सिर्फ गल्लां बातां करन दा ज़रिया हैगा। कोई ऐसी याद तुहाडी पहली बार वापरी होवे तां तुहानूं अज तक ना भुल्ली होवे, निक्के हुंदे कई वारी मास्टरां दी कोठ जिहड़ी पहली पहली उह वी नहीं भुलदी हुंदी, चलो तुहानूं की याद है ऐसा कि अज भी नहीं भुल्लिया, इत्थे आ के भी नहीं भुल्लिया, जरूर कॉल करके गलबात कर सकते हो। फिलहाल ब्रेक देखते रहो जस पंजाबी। जी प्रोग्राम जाइनू जलवे जग्गी दे गलबात शुरू करनी तुहाडे नाल, अज बहुत लेट हो गया, कि पहली कोई घटना ऐसी याद होवे तो आपां सांझी करनी है, विशा कोई नहीं हैगा, ये जनरल गलबात करन दा ज़रिया हैगा। पहलियां मैं पंज चीज़ां तुहानूं मैं पहलां दसियां जो कि हुणे हुणे रीसेंटली पहली बार होईयां, जो कि साढ़े नाल संबंधित ही हैगियां, खास तौर पर असीं पाकिस्तान वाली खबर की गल करिए। हैलो हैलो जी, सत श्री अकाल। सत श्री अकाल जी, जग्गी वीर की हाल चाल है जी? सर सुरेंद्र सिंह जी, साढ़े तुहाडा कोई नंबर मंगिया सी यूबा सिटी तो मेरे को किसी ने, दे दे कोई ते तुहाडे ओ फैन ने, ओ कहिंदे जी असीं उहनां दा धन्नवाद करना परसनली फोन करके, मैं कहा जी तुसीं जरूर करो। ठीक है, मेरा नंबर हैगा जी 237-9969। अच्छा नहीं, मेरे को हैगा तुहाडा फीड शायद। अच्छा ओ ने ना हुण सेलर मेरा नंबर बदल गया सी। अच्छा 209 वाला ही है, 209-237-9969। ठीक है जी, ठीक है। हाँ जी, की कहना चाहुंदे? ਕਹਿਣਾ ਇਹ ਚਾਹੁੰਦੇ ਵੀ ਇੱਕ ਤਾਂ ਹੁਣ 1200-1300 ਸਾਲ ਬਾਅਦ ਪਹਿਲੀ ਵਾਰ ਰਾਜ ਮਿਲਿਆ ਸਾਡੇ ਭਾਈਆਂ ਨੂੰ, ਅਤੇ ਜਿੱਦਾਂ ਤੇਰੀਆਂ ਲੱਤਾਂ ਕੰਬੀਆਂ ਸ਼ਾਸ਼ੀ, ਹੁਣ ਸਾਡੀਆਂ ਵੀ ਇੱਦਾਂ ਕੰਬਦੀਆਂ ਵੀ ਕੀ ਬਣੂਗਾ ਜੀ। ਕਿੱਦਾਂ ਜੀ, ਕਿੱਦਾਂ ਦੁਬਾਰਾ ਦੱਸਿਓ। ਆ 1200-1300 ਸਾਲ ਬਾਅਦ ਹਿੰਦੁਸਤਾਨ 'ਚ ਇੰਨੀ ਬਹੁਮਤੀ ਨੇ ਸਾਡੇ ਭਾਈਆਂ ਨੂੰ ਰਾਜ ਮਿਲਿਆ ਹੁਣ ਪਹਿਲੀ ਵਾਰੀ, ਇਹਨੀ ਕਰਕੇ ਨਹੀਂ ਦੇਖਿਆ, ਰਾਜ ਨੂੰ ਬਹੁਤ ਮਾਰਦੇ ਸੀ ਤਾਲੇ ਪਰ ਹੋਇਆ ਨਹੀਂ, ਅਤੇ ਅਸੀਂ ਤਾਂ ਅੱਗੇ ਘਰ ਹਟੇ ਹਾਂ, ਸਾਡੇ ਤਾਂ 40 ਸਾਲ ਮਹਾਰਾਜ ਰਣਜੀਤ ਸਿੰਘ ਰਾਜ ਕਰਕੇ ਗਿਆ ਜੀ, ਬੜਾ ਵਧੀਆ ਜੀ। ਇਹਨਾਂ ਨੂੰ ਹੁਣ ਪਹਿਲੀ ਵਾਰੀ ਮਿਲਿਆ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਐਨ ਬਰਾਬਰ ਰੱਖੇ ਕਿ ਮੁਸਲਮਾਨ ਕੀ ਹਿੰਦੂ ਕੀ ਸਿੱਖ, ਕੋਈ ਵੀ ਕੌਮ ਅਸੀਂ ਹਰੇਕ ਨੂੰ ਬਰਾਬਰ ਦਾ ਦਰਜਾ ਦਿੱਤਾ, ਅਤੇ ਪਰ ਹੀ ਨਹੀਂ ਹੁਣ ਜਦੋਂ ਪੂਰੀ ਬਹੁਤ ਮਚਾ ਕੇ ਬਹਿੰਦੇ ਨੇ ਰੰਗ ਦਿਖਾ, ਅਤੇ ਹੁਣ ਸਾਡੀਆਂ ਲੱਤਾਂ ਕੰਬਦੀਆਂ ਜਿੱਦਾਂ ਤੇਰੀਆਂ 86 'ਚ ਕੰਬੀਆਂ ਸੀ। ਅਤੇ ਦੂਜਾ ਜਿਹੜਾ ਅੱਜ ਕੱਲ੍ਹ ਚਾਹ ਪਲੂਸੀ ਇੰਨੀ ਹੋ ਗਈ ਆ, ਵੀ ਦੇਖੋ ਉਧਰੋਂ ਹੜ ਆਇਓ ਆ, ਉਹ ਅਮਰਿੰਦਰ ਸਿੰਘ ਜਾਂਦਾ, ਕੋਈ ਉਹਦੇ ਫੁੱਲਾਂ ਦਾ ਬੂਟਾ ਲਈ ਖੜਾ, ਕੋਈ ਉਹਦੇ ਬਲ 'ਚ ਲੋਈਆਂ ਪਾਈ ਜਾਂਦਾ, ਵੀ ਲੋਕ ਮਰਨ ਡਏ। ਅੱਛਾ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਨਾ, ਜਿਹੜੀ ਗੱਲ ਪਹਿਲਾਂ ਕੀਤੀ ਮੈਂ ਉਹਨੂੰ ਥੋੜ੍ਹਾ ਜਿਹਾ ਜ਼ਰੂਰ ਹੋਰ ਕਰਨਾ ਚਾਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਜਿਹੜੇ ਉਹ ਡਿਸੀਜਨ ਲੈ ਰਹੇ ਨੇ, ਚਾਹੇ ਉਹ ਜੰਮੂ ਕਸ਼ਮੀਰ 'ਚ ਧਾਰਾ 370 ਹੈਗਾ, ਚਾਹੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਇਹਦੇ ਪਿੱਛੇ 200% ਕੀ 400% ਐਸੀ ਰਾਜਨੀਤੀ ਇਹਦੇ ਪਿੱਛੇ ਜਿਹਦਾ ਕਿਸੇ ਨੇ ਭੇਦ ਨਹੀਂ ਪਾਇਆ। ਇਹਨਾਂ ਨੂੰ ਵਹਿਮ ਐਮ ਹੀ ਜੱਗੀ ਵੀਰੇ, ਰੰਗ ਜੇ 50 ਸਾਲ ਰਾਜ ਕਰਕੇ ਜੇ ਆਪਾਂ ਅਸੀਂ ਮੈਂ ਇੱਕ ਕਰ ਦੇਣੀ ਆ, ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਇੱਕ ਨਹੀਂ ਅਸੀਂ 3 ਕਰਕੇ ਦਿਖਾ ਲਾਂਗੇ ਤੈਨੂੰ, ਇਹਨਾਂ ਨੂੰ ਵਹਿਮ ਆ। ਹਾਂਜੀ, ਅਤੇ ਖਰਿਆ ਸੀ ਕਹੇ ਤਾਂ ਇਹਨਾਂ ਤਾਂ ਸਾਰੇ 6 ਮਾਹ ਹੋਇਆ, 50 ਸਾਲ ਰਾਜ ਕਰਕੇ ਗਿਆ ਰੰਗ ਜੇਬ, ਇਹਨਾਂ ਨੂੰ ਵੀ ਵਹਿਮ ਆ। ਅਤੇ ਜਿਹੜਾ ਚਾਹ ਪਲੂਸੀ ਦਾ ਕਹਿੰਦੇ ਪਲੂਸੀ ਦਾ ਆਉਂਦਾ ਹੈ ਢੰਗ, ਜਿਸ ਨੂੰ ਕਾਰਜ ਉਸਦੇ ਆਉਂਦੇ ਨੇ ਰਾਸ ਬਹੁਤੇ, ਜਿਹੜੇ ਕੇਂਦਰ 'ਚ ਨਕਲ ਦਾ ਬੋਲਬਾਲਾ ਵਿਦਿਆਰਥੀ ਉਸਦੇ ਹੁੰਦੇ ਨੇ ਪਾਸ ਬਹੁਤੇ, ਮੱਲਾ ਮਾਰਦੇ ਉਹੀ ਮੈਦਾਨ ਅੰਦਰ, ਜਿਹੜੇ ਭਲਵਾਨਾਂ ਨੇ ਕੀਤੇ ਅਭਿਆਸ ਬਹੁਤੇ, ਉਹ ਕਰਦਾ ਕੰਮ ਦੀ ਜਦੋਂ ਕੋਈ ਗੱਲ ਚੋਲਾ ਸਮਝਦੇ ਉਸ ਨੂੰ ਲੋਕ ਬਕਵਾਸ ਬਹੁਤੇ, ਜਿਹੜਾ ਕਰਦਾ ਸਮਝਦੀ ਗੱਲ ਕੋਈ ਉਸਨੂੰ ਲੋਕੀ ਕਹਿੰਦੇ ਬਕਵਾਸ ਬਹੁਤੇ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਹਾਂਜੀ, ਪੈਰੀ ਪਹਿਲਾਂ ਜੀ
ਜਿਉਂਦਾ ਵਸਦਾ ਵਾ ਜੱਗੀ ਜੀ, ਜੱਗੀ ਜੀ ਗ੍ਰਿਫਤਾਰ। ਕੀ ਯਾਦ ਤੁਹਾਨੂੰ ਕੋਈ ਪਹਿਲੀ ਘਟਨਾ? ਪਹਿਲੀ ਘਟਨਾ ਲੰਬੀ ਉਮਰ ਹੋਵੇ ਤੇ ਤੇਰਾ ਨਾ ਵਿਸ਼ਾ ਬਹੁਤ ਵਧੀਆ। ਪਹਿਲੀ ਵਾਰ ਜਹਾਜ਼ ਚ ਬੈਠੇ ਸੀ ਕਿਵੇਂ ਲੱਗਿਆ ਸੀ? ਗੱਲ ਕਰਾਂ ਦੱਸੋ ਪਹਿਲਾਂ, ਕਿਹੜਾ ਵਿਸ਼ਾ ਉੱਤੇ ਗੱਲ ਕਰਾਂ? ਪਹਿਲੀ ਵਾਰ ਜਹਾਜ਼ ਚ ਬੈਠੇ ਸੀ ਤੇ ਕਿਵੇਂ ਲੱਗਿਆ ਸੀ? ਹਾਂਜੀ, ਪਹਿਲੀ ਵਾਰ ਜਦੋਂ ਜਹਾਜ਼ ਝੂਟਿਆ ਸੀ, ਜਹਾਜ਼ ਦੇ ਵਿੱਚ ਬੈਠੇ ਸੀ ਤੇ ਕਿਵੇਂ ਲੱਗਿਆ? ਪਹਿਲੀ ਵਾਰ ਜਦੋਂ ਆਈ ਆ, ਸਭ ਤੋਂ ਪਹਿਲੀ ਵਾਰ ਜਦੋਂ, ਹਾਂਜੀ, ਕੋਈ ਵਰਕ ਨਹੀਂ ਪਿਆ ਮੈਨੂੰ ਜਹਾਜ਼ ਦਾ, ਨਾ ਡਰੀ ਆ। ਅੱਛਾ, ਹਾਂ ਤੇ ਪਹਿਲੀ ਵਾਰ ਭਾਈ ਮੈਂ ਆਈ ਆ ਜਪਾਨ ਵਿੱਚ ਦੀ, ਤੇ ਦੂਸਰੀ ਵਾਰ ਆਈ ਆ ਮੈਂ ਰੂਸ ਵਿੱਚ ਦੀ। ਨਹੀਂ, ਪਹਿਲੀ ਕੋਈ ਘਟਨਾ ਯਾਦ ਹੋਵੇ ਵੀ ਹਜੇ ਤੱਕ ਨਹੀਂ ਭੁੱਲੀ, ਬਚਪਨ ਦੀ ਘਟਨਾ ਕੋਈ ਯਾਦ ਹੋਵੇ? ਅੱਛਾ, ਬਚਪਨ ਦੀ ਘਟਨਾ, ਹਾਂ ਕੋਈ ਪਹਿਲੀ ਘਟਨਾ ਇਹ ਸੀ ਤੇ ਜਦੋਂ ਅਸੀਂ ਪੜ੍ਹਨ ਲੱਗੀਆਂ ਸੀ ਨਾ ਸੱਤ ਕੁੜੀਆਂ, ਹੈ ਸੱਤ ਕੁੜੀਆਂ ਪੜ੍ਹਦੀਆਂ ਸੀ ਅਸੀਂ, ਇੱਕ ਮੇਰੀ ਸਹੇਲੀ ਸੀ ਪਰਮਾ, ਹਾਂਜੀ ਹਾਂਜੀ, ਉਹਨਾਂ ਦੇ ਘਰੇ ਜਾਂਦੀਆਂ ਤੇ ਫਿਰ ਉਦੋਂ ਆਏ ਅਸੀਂ, ਇੱਕ ਤਾਂ ਮੈਂ ਟੀਚਰ ਬਣਾ ਤੇ ਇੱਕ ਮੈਂ ਮਹਾਰਾਜ ਦੇ ਬਣਾ, ਤੇ ਫਿਰ ਉਦੋਂ ਜਿਹੜੀ ਮੇਰੀ ਟੀਚਰ ਸੀ ਨਾ ਤੇ ਮੈਂ ਉਹਨੂੰ ਸੁਣਾਉਂਦੀ ਸੀ ਜਗਰਾਫੀਆ, ਤੇ ਭਾਈ ਹੋਣ ਤਾਂ ਮੇਰੇ ਇੱਕ ਆਚ ਪੇੜ ਬਾਰੇ ਅੱਜ ਵੀ ਯਾਦ ਆ ਮੇਰੀ। ਚਲੋ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਵੈਸੇ ਇਹ ਯਾਦਾਸ ਜਿਹੜੀਆਂ ਹੁੰਦੀਆਂ ਇਹ ਕੁਦਰਤੀ ਗੱਲਾਂ ਹੁੰਦੀਆਂ, ਇਹੋ ਜਿਹੀਆਂ ਚੀਜ਼ਾਂ ਕਈ ਭੁੱਲਦੀਆਂ ਨਹੀਂ ਹੈਗੀਆਂ ਸਾਡੀ ਜ਼ਿੰਦਗੀ ਦੇ ਵਿੱਚ, ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ। ਔਰ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਐਸੇ ਹੈਗੇ ਜਿਹਨਾਂ ਨੂੰ ਜਹਾਜ਼ ਜਦੋਂ ਪਹਿਲੀ ਵਾਰ ਬੈਠੇ ਸੀਗੇ, ਜਦੋਂ ਜਹਾਜ਼ ਪਹਿਲੀ ਵਾਰ ਬੈਠੇ ਸੀਗੇ ਤਾਂ ਉਦੋਂ ਉਹਨਾਂ ਨੂੰ ਅਜੇ ਤੱਕ ਯਾਦ ਹੈਗਾ ਵੀ ਕੀ ਕੀ ਘਟਨਾ ਵਾਪਰੀਆਂ ਸੀ, ਕੀ ਕੀ ਨਹੀਂ ਹੋਇਆ ਸੀਗਾ। ਸੋ ਕਾਲ ਇੱਕ ਦੀ ਲੈ ਲੈਂਦੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਧੀਰ ਸਾਹਿਬ, ਹਾਂਜੀ, ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਿੱਖਾਂ ਨੇ ਤਕਰੀਬਨ 100 ਸਾਲ ਲਾਹੌਰ ਸ਼ਹਿਰ ਤੇ ਰਾਜ ਕੀਤਾ ਜੀ। ਔਰ ਦੇਖੋ ਤੁਸੀਂ, ਉਹ ਸਾਡੇ ਬਜ਼ੁਰਗ ਕਿੰਨੇ ਚੰਗੇ ਸੀ ਕਿ ਕਦੀ ਵੀ ਉਹਨਾਂ ਨੇ ਕਿਸੇ ਨੂੰ ਫਾਂਸੀ ਤੇ ਨਹੀਂ ਚਾੜਿਆ। ਈਵਨ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ 1799 ਚ ਕਬਜ਼ਾ ਕੀਤਾ, ਉਹ ਤਾਂ ਚਲੋ ਆਪਾਂ ਨੂੰ ਪਤਾ ਹੀ ਆ, ਉਸ ਤੋਂ ਪਹਿਲਾਂ ਵੀ ਤੇ ਉਹ ਰਾਜ ਚਾਹੇ ਸਿੱਖ ਮਿਸਲਾਂ ਦਾ ਵੀ ਸੀ, ਕਦੇ ਕਿਸੇ ਨੂੰ ਇਹਨਾਂ ਨੇ ਫਾਂਸੀ ਨਹੀਂ ਸੀ ਦਿੱਤੀ। ਬੜਾ ਸ਼ਾਨਦਾਰ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਾਂ ਸਾਰਿਆਂ ਲਈ ਇੱਕੋ ਜਿਹੀ ਜਗ੍ਹਾ ਸੀ। ਹਾਂ, ਉਹਨਾਂ ਦੇ ਰਾਜ ਚ ਵੀ ਕਿਸੇ ਨੂੰ ਫਾਂਸੀ ਨਹੀਂ ਹੋਈ ਸੀ। ਹਾਂਜੀ ਹਾਂਜੀ, ਉਹ ਤਾਂ ਦੇਖੋ ਜੀ, ਜੇ ਰਾਤਾਂ ਨੂੰ ਦੁਨੀਆ ਸੁੱਤੀ ਪਈ ਹੁੰਦੀ ਸੀ ਤੇ ਉਹ ਆਪ ਲੋਕਾਂ ਦੇ ਦਰਵਾਜ਼ਿਆਂ ਦੇ ਕੰਢਾਂ ਨਾਲ ਲਾ ਕੇ ਕੰਨ ਸੁਣਦਾ ਹੁੰਦਾ ਸੀ, ਮੇਰੀ ਵੀ ਜਿਹੜੀ ਪਰਜਾ ਉਹ ਸੁੱਤੀ ਪਈ ਆ ਚੰਗੀ ਤਰ੍ਹਾਂ। ਅੱਛਾ ਜੀ, ਠੀਕ ਹੈ। ਇਹ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ, ਬਹੁਤ ਐਗਜ਼ਾਮਪਲਾਂ ਨੇ ਜੀ ਉਹਨਾਂ ਦੀਆਂ ਤਾਂ, ਤੇ ਉਹਨਾਂ ਦੇ ਰਾਜ ਦੁਨੀਆਂ ਨੂੰ ਉੱਥੋਂ ਉਸ ਵੇਲੇ ਪੰਜਾਬ ਵੱਲ ਨੂੰ ਬਾਹਰਲੇ ਲੋਕਾਂ ਤੋਂ, ਬਾਹਰਲੇ ਦੇਸ਼ਾਂ ਦੇ ਫਿਲਹਾਲ ਬ੍ਰੇਕ ਲੈਣੀ ਪੈਣੀ ਹੈ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਦੁਬਾਰਾ ਗੱਲਬਾਤ ਕਰਨੀ ਪੈਣੀ ਹੈ ਕਿਉਂਕਿ ਸਮਾਂ ਜਿਹੜਾ ਆਗਿਆ ਨਹੀਂ ਦਿੰਦਾ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਾਂ ਲੈਣ ਦੀ, ਵੈਸੇ ਸਮਾਂ ਮੇਰਾ ਖਿਆਲ ਨਹੀਂ ਬਚਣਾ। ਫਿਲਹਾਲ ਬ੍ਰੇਕ ਦੇਖਦੇ ਰਹੋ, ਜਸਟ ਪੰਜਾਬੀ ਜੀ। ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ ਪ੍ਰੋਗਰਾਮ ਦਾ ਆਖਰੀ ਪੜਾਅ, ਸਮਾਂ ਕਾਲਾਂ ਦਾ ਹੁਣ ਨਹੀਂ ਬਚਿਆ। ਗੱਲਬਾਤ ਆਪਾਂ ਕਰ ਰਹੇ ਸੀ ਪਹਿਲੀ ਯਾਦ ਕੋਈ, ਵੈਸੇ ਤਾਂ ਬੜਾ ਕੁਛ ਐਸਾ ਹੁੰਦਾ ਜੋ ਸਾਡੇ ਨਾਲ ਪਹਿਲੀ ਵਾਰ ਵਾਪਰਦਾ ਅਤੇ ਉਦੋਂ ਬਾਅਦ ਸਾਰੀ ਜ਼ਿੰਦਗੀ ਉਹ ਨਹੀਂ ਭੁੱਲਦਾ ਹੈਗਾ। ਵਿਆਹ ਵੀ ਪਹਿਲਾਂ ਪਹਿਲਾਂ ਹੋਵੇ ਉਹ ਭੁੱਲਦਾ ਨਹੀਂ, ਵਿਆਹ ਤਾਂ ਖੈਰ ਕੋਈ ਵੀ ਹੋਵੇ ਉਹ ਨਹੀਂ ਭੁੱਲਦਾ ਹੁੰਦਾ, ਉਹ ਤਾਂ ਸਭ ਨੂੰ ਯਾਦ ਰਹਿੰਦਾ, ਧੱਕੇ ਨਹੀਂ ਰਹਿੰਦਾ ਬਿਲਕੁਲ। ਅਤੇ ਦੁਬਾਰਾ ਫਿਰ ਕਾਲਾਂ ਤੁਹਾਡੀਆਂ ਰਹਿ ਗਈਆਂ ਕਾਫੀ ਸਾਰੀਆਂ, ਫਿਰ ਦੁਬਾਰਾ ਵਿਸ਼ਾ ਰੱਖਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਤਾਂ ਤੁਹਾਡੇ ਕੋਲ ਆਗਿਆ ਲੈਣੀ ਪੈਣੀ ਆ। ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈਗਾ, ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ, ਤੁਸੀਂ ਮੇਰੇ ਸੈੱਲ 'ਤੇ ਵੀ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਵੈਸਟ ਕੋਸਟ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ, ਕੈਲੀਫੋਰਨੀਆ ਦੇ ਵਿੱਚ ਗੱਲਬਾਤ ਹੁੰਦੀ ਹੈ, ਕੋਈ ਖਬਰਸਾਰ ਕੋਈ ਦੇਣੀ ਹੈ, ਉਹ ਜ਼ਰੂਰ ਸਾਂਝੀ ਕਰ ਸਕਦੇ ਹੋ 209-400-5033-2094503362। ਅਖੀਰ ਦੇ ਵਿੱਚ ਇੱਕ ਮੈਂ ਦੁੱਖ ਭਰੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਬਹੁਤ ਸਾਡੇ ਮਿੱਤਰ ਹੈਗੇ ਸੀਗੇ, ਉਹ ਅਜੇ 43-44 ਸਾਲ ਦੀ ਉਮਰ ਹੈਗੀ ਸੀ, ਫਰੈਜ਼ਨੋ ਦੇ ਵਿੱਚ, ਪੌਲ ਧਾਲੀਵਾਲ, ਜਾਣਦੇ ਹੋਣਗੇ ਬਹੁਤ ਸਾਰੇ ਦੋਸਤ ਮਿੱਤਰ। ਉਹ ਇੱਕ ਵਧੀਆ ਇਨਸਾਨ ਸੀ, ਰੇਡੀਓ ਹੋਸਟ ਸੀਗੇ, ਰੇਡੀਓ ਦੇ ਪ੍ਰੋਗਰਾਮ ਵੀ ਕਰਦੇ ਹੁੰਦੇ ਸੀ, ਸਾਨੂੰ ਅਕਸਰ ਮਿਲਦੇ ਸੀ, ਬਹੁਤ ਵਧੀਆ ਇਨਸਾਨ ਸੀਗੇ। ਉਹਨਾਂ ਦੀ ਅੱਜ ਜਿਹੜੀ ਆ ਉਹ ਡੈਥ ਹੋ ਗਈ ਸਵੇਰੇ 7:30 ਵਜੇ, ਉਹ ਦਫ਼ਤਰ ਗਏ ਸੀਗੇ, ਦਫ਼ਤਰ ਜਾਂਦੇ ਬੈਠੇ ਅਤੇ ਉੱਥੇ ਹੀ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਸੋ ਉਹਨਾਂ ਦੇ ਪਰਿਵਾਰ ਨਾਲ ਅਸੀਂ ਜਸ ਪੰਜਾਬੀ ਵੱਲੋਂ ਦੁੱਖ ਸਾਂਝਾ ਕਰਦੇ ਹਾਂ। ਪਰਮਾਤਮਾ ਉਹ ਪੌਲ ਧਾਲੀਵਾਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।